ਸਤਿ ਸ੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ, ਮੈਂ ਹਰਮਨਪ੍ਰੀਤ ਕੌਰ। ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਰੇਡੀਓ ਸਾਡੇ ਵਾਲਾ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰ, ਅੱਜ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਜੀ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਪਾਰਲੀਮੈਂਟ ਵੱਲ ਪ੍ਰਦਰਸ਼ਨ ਕਰਨਗੇ ਜੀ ਉਹ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਇਹ ਪ੍ਰੋਗਰਾਮ ਉਲੀਕਣੇ ਸਮੇਂ ਦੀ ਲੋੜ ਆ। ਮੈਂ ਇਹ ਸੋਚਦਾ ਕਿ ਇਹ ਪ੍ਰੋਗਰਾਮ ਉਲੀਕਣ ਦੇ ਵਿੱਚ ਲੇਟ ਲਤੀਫੀ ਦੇ ਸ਼ਿਕਾਰ ਹੋਏ ਆਪਾਂ, ਪਰ ਫਿਰ ਵੀ ਚਲੋ ਜਦੋਂ ਜਾਗੇ ਉਦੋਂ ਸਵੇਰਾ, ਕਿਉਂਕਿ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਲਈ ਇੱਦਾਂ ਦੇ ਪ੍ਰੋਗਰਾਮ ਬਹੁਤ ਜ਼ਰੂਰੀ ਆ। ਜਿੰਨਾ ਸਾਡੇ ਉੱਤੇ ਅੱਤਿਆਚਾਰ ਹੁਣ ਤੱਕ ਸਰਕਾਰ ਦੇ ਵੱਲੋਂ, ਪੁਲਿਸ ਦੇ ਵੱਲੋਂ ਕੀਤਾ ਗਿਆ, ਇਸ ਤੋਂ ਵੱਧ ਹੁਣ ਸਾਨੂੰ ਫਾਹੇ ਤਾਂ ਲਾ ਨਹੀਂ ਸਕਦੀ ਬਿਨਾਂ ਗੱਲੋਂ। ਪ੍ਰਦਰਸ਼ਨ ਕਰਨਾ ਸਾਡਾ ਕਾਨੂੰਨੀ ਹੱਕ ਹੈਗਾ, ਲੋਕਤੰਤਰਿਕ ਹੱਕ ਹੈਗਾ, ਸੰਵਿਧਾਨ ਨਹੀਂ ਕਹਿੰਦਾ। ਪਰ ਗੱਲ ਇਹ ਆ ਵੀ ਅਸੀਂ ਥੋੜਾ ਜਿਹਾ ਲੇਟ ਹੋ ਗਏ, ਉਹਦੇ ਪਿੱਛੇ ਚਲੋ ਕੋਰੋਨਾ ਮਹਾਂਮਾਰੀ ਵੀ ਰਹੀ ਆ, ਵੀ ਆਪਾਂ ਇਕੱਠੇ ਨਹੀਂ ਹੋ ਸਕਦੇ, ਗਰਮੀ ਵੀ ਬਹੁਤ ਵੱਡਾ ਕਾਰਨ ਹੋ ਸਕਦਾ, ਹੋਰ ਵੀ ਕਈ ਕਾਰਨ ਆ। ਪਰ ਜਿਸ ਤਰੀਕੇ ਦੇ ਨਾਲ ਲੰਘੇ ਕੱਲ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਬਹੁਤ ਵੱਡੀ ਪ੍ਰੈਸ ਕਾਨਫਰੰਸ ਕਰਕੇ ਤੇ ਵੱਡੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇੱਕ ਤਾਂ ਅਸੀਂ 8 ਤਰੀਕ ਨੂੰ, ਯਾਨੀ ਕਿ ਆ ਕੁਛ ਦਿਨਾਂ ਬਾਅਦ, 2-3 ਦਿਨਾਂ ਬਾਅਦ ਪੂਰੇ ਭਾਰਤ ਦੇ ਵਿੱਚ ਡੀਜ਼ਲ ਤੇ ਪੈਟਰੋਲ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ। ਤੇ ਸਮੂਹ ਕਿਸਾਨਾਂ ਨੂੰ ਹੀ ਨਹੀਂ, ਮਜ਼ਦੂਰਾਂ ਨੂੰ ਹੀ ਨਹੀਂ, ਜਿਹੜੇ ਵੀ ਲੋਕਾਂ ਨੂੰ ਇਹ ਲੱਗਦਾ ਜੀ ਕਿ ਮਹਿੰਗਾਈ ਬਹੁਤ ਹੋ ਗਈ ਆ, ਉਹਨਾਂ ਸਾਰਿਆਂ ਨੂੰ ਸੜਕਾਂ ਦੇ ਉੱਤੇ ਆਉਣਾ ਚਾਹੀਦਾ ਤੇ ਉਹਨਾਂ ਸਾਰਿਆਂ ਨੂੰ ਪ੍ਰਦਰਸ਼ਨ ਸਰਕਾਰ ਕਰਨਾ ਚਾਹੀਦਾ ਸਰਕਾਰ ਦੇ ਖਿਲਾਫ। ਕਿਉਂਕਿ ਮੈਂ ਵੀ ਦੇਖਦਾ, ਤੁਸੀਂ ਵੀ ਦੇਖਦੇ ਹੋਵੋਗੇ, ਬਾਕੀ ਲੋਕ ਵੀ ਸ਼ਾਇਦ ਦੇਖਦੇ ਆ ਵੀ ਪ੍ਰਦਰਸ਼ਨ ਕਰਨ ਨੂੰ ਇਕੱਲੇ ਕਿਸਾਨ ਤੇ ਮਜ਼ਦੂਰੀ ਥੋੜੀ ਹੁੰਦੇ ਆ, ਜਾਂ ਇਕੱਲਾ ਤੇਲ ਆ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਥੋੜਾ ਮਹਿੰਗਾ ਮਿਲਦਾ, ਬਾਕੀਆਂ ਨੂੰ ਵੀ ਮਹਿੰਗਾ ਮਿਲਦਾ। ਪਰ ਬਾਕੀ ਘੁੰਮੇ ਜਿਹੇ ਬਣ ਕੇ ਬੈਠੇ ਆ, ਜਿਵੇਂ ਉਹਨਾਂ ਨੇ ਨਾ ਸਾਰਾ ਕੁਝ ਕਬੂਲ ਕਰ ਲਿਆ ਹੋਵੇ ਵੀ ਚਲੋ ਤਾਂ ਸਾਡੀ ਤਾਂ ਕਿਸਮਤ ਦੇ ਵਿੱਚ ਲਿਖਿਆ ਹੀ ਏਦਾਂ, ਤੇ ਜੇ ਤੁਸੀਂ ਏਦਾਂ ਲਿਖਵਾਉਂਦੇ ਆ ਤਾਂ ਫਿਰ ਤੁਹਾਨੂੰ ਹੋਰ ਖਰਾਬ ਹੋ ਜਾਣਾ। ਆ ਮੈਂ ਹੁਣੇ ਪੜ੍ਹ ਕੇ ਹਟਿਆ, ਕਈ ਸੂਬਿਆਂ ਦੇ ਵਿੱਚ ਲੰਘੇ ਕੱਲ ਤੋਂ ਡੀਜ਼ਲ ਦੀ ਕੀਮਤ ਵੀ 100 ਰੁਪਈਏ ਨੇ ਪਾਰ ਹੋ ਗਈ ਹੈ। ਸੋ ਇਹ ਪੰਜਾਬ ਦੇ ਵਿੱਚ ਵੀ ਹੋਣ ਹੀ ਲੱਗਾ ਬਸ ਕੁਝ ਕਿਰੜਾਂ ਦੇ ਵਿੱਚ। ਉਸ ਤੋਂ ਅਗਲੀ ਗੱਲ ਇਹ ਆ ਵੀ ਪਾਰਲੀਮੈਂਟ ਦਾ ਸੈਸ਼ਨ ਆ ਜਿਹੜਾ ਮੌਨਸੂਨ ਸੈਸ਼ਨ, ਇਹ 19 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ, ਤੇ ਕੱਲ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ 22 ਜੁਲਾਈ ਤੋਂ ਹਰ ਰੋਜ਼ 200 ਕਿਸਾਨਾਂ ਦਾ ਜਥਾ ਜਿਹੜਾ ਉਹ ਪਾਰਲੀਮੈਂਟ ਦੇ ਮੂਹਰੇ ਪ੍ਰਦਰਸ਼ਨ ਕਰਨ ਵਾਸਤੇ ਜਾਊਗਾ। ਪਾਰਲੀਮੈਂਟ ਦੇ ਮੂਹਰੇ ਜਿਹੜਾ ਪ੍ਰਦਰਸ਼ਨ ਕੀਤਾ ਜਾਊਗਾ ਇਹ ਲਗਾਤਾਰ ਉਹਨਾਂ ਤੇ ਜਾਰੀ ਰਹੂਗਾ ਜਿੰਨੀ ਦੇਰ ਤੱਕ ਇਹ ਮੌਨਸੂਨ ਸੈਸ਼ਨ ਜਾਰੀ ਰਹੂਗਾ। ਤੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ, ਹਰ ਕਿਸਾਨ ਜਥੇਬੰਦੀ ਦੇ 5 ਕਿਸਾਨ ਮੈਂਬਰ ਆ ਜਿਹੜੇ ਉਹ ਜਾਇਆ ਕਰਨਗੇ, ਤਾਂ ਜੋ ਸਭ ਨੂੰ ਬਰਾਬਰ ਦਾ ਸਨਮਾਨ ਵੀ ਮਿਲੇ, ਬਰਾਬਰ ਦਾ ਯੋਗਦਾਨ ਵੀ ਪਵੇ ਤੇ ਸਰਕਾਰ ਦੇ ਉੱਤੇ ਦਬਾਅ ਵੀ ਬਣੇ। ਸੋ 200-200 ਕਰਕੇ ਇਹ ਘਿਰਾਓ ਕੀਤਾ ਜਾਊਗਾ। ਉਹਦਾ ਕਾਰਨ ਇਹ ਵੀ ਜੇਕਰ ਇਕੱਠੇ ਹੋ ਕੇ ਜਾਂਦੇ ਆ, ਜੇ ਮੰਨ ਲਓ ਉੱਥੇ 20,000 ਕਿਸਾਨ ਇਕੱਠਾ ਪਹੁੰਚੇ ਜਾਂ ਉੱਥੇ 1,00,000 ਕਿਸਾਨ ਇਕੱਠਾ ਜਾਵੇ, ਤਾਂ ਰਾਹ ਦੇ ਵਿੱਚ ਕੋਈ ਨਾ ਕੋਈ ਸ਼ਰਾਰਤੀ ਅੰਸਰ ਫਿਰ ਕੇਂਦਰ ਦੇ ਵੱਲੋਂ, ਸਰਕਾਰ ਦੇ ਵੱਲੋਂ ਵਾੜਿਆ ਜਾ ਸਕਦਾ। ਫਿਰ ਕਹਿਣਗੇ ਚੱਲੇ ਸੀ ਪਾਰਲੀਮੈਂਟ ਵੱਲ, ਪਹੁੰਚ ਗਏ ਫਲਾਣੀ ਥਾਂ ਦੇ ਵੱਲ। ਇਸ ਕਰਕੇ ਉਹ 200 ਜਿਹੜੇ ਕਿ ਪਛਾਣ ਦੇ ਵਿੱਚ ਵੀ ਹੋਣਗੇ, ਉਹ 200 ਜਿਹੜੇ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸਾਂਝੇ ਹੋਣਗੇ, 5 ਕਿਸਾਨ ਇੱਕ ਜਥੇਬੰਦੀ ਦੇ, ਯਾਨੀ ਕਿ 5 ਕਿਸਾਨ ਹੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆ, 5 ਕਿਸਾਨ ਹੀ ਉਗਰਾਹਾਂ ਦੇ ਆ, 5 ਕਿਸਾਨ ਹੀ ਕਾਦਰੀਆਂ ਦੇ ਆ, 5 ਕਿਸਾਨ ਹੀ ਟਕੈਤ ਹੋਰਾਂ ਦੇ ਆ, 5 ਕਿਸਾਨ ਬਾਕੀ ਸਾਰੀਆਂ ਜਥੇਬੰਦੀਆਂ ਦੇ, 5-5 ਕਰਕੇ। ਸੋ ਇਹ ਇੱਕ ਕੋਸ਼ਿਸ਼ ਆ ਵੀ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਬਣੇ, ਇੱਦਾਂ ਦੇ ਉਪਰਾਲੇ ਬਹੁਤ ਵੱਡੇ ਪੱਧਰ ਦੇ ਉੱਤੇ ਹੋਰ ਵੀ ਕਰਨੇ ਚਾਹੀਦੇ ਆ। ਤੇ ਮੈਨੂੰ ਲੱਗਦਾ ਵੀ ਜੇਕਰ ਇੱਦਾਂ ਦੇ ਉਪਰਾਲੇ ਹੁੰਦੇ ਰਹੇ ਤਾਂ ਮੋਰਚਾ ਫਤਿਹ ਆ, ਮੋਰਚਾ ਜਿੱਤਿਆ ਜਾ ਸਕਦਾ। ਪਰ ਜੇਕਰ ਅਸੀਂ ਇੱਥੇ ਹੀ ਬੈਠੇ ਰਹਾਂਗੇ ਜਿਹੜੀ ਥਾਂ ਦੇ ਉੱਤੇ ਹੋਣ, ਤਾਂ ਹੋ ਸਕਦਾ ਵੀ ਕੇਂਦਰ ਦੀ ਸਰਕਾਰ ਕਹਿੰਦੀ ਹੋਊਗੀ ਬੈਠੇ ਤਾਂ ਬੈਠੇ ਰਹਿਣ, ਸਾਡੀ ਸਿਹਤ ਤੇ ਕੀ ਅਸਰ ਆ, ਇਹ ਅੱਜ ਉੱਠ ਜਾਣ, ਇਹ ਸਾਲ ਸਹਿਰ ਚ ਉੱਠ ਜਾਣ, ਕੋਈ ਫਰਕ ਨਹੀਂ ਪੈਂਦਾ। ਜਦੋਂ ਪਾਰਲੀਮੈਂਟ ਦੇ ਵੱਲ ਕਿਸਾਨ ਜਾਣਗੇ, ਉਦੋਂ ਦੁਨੀਆਂ ਭਰ ਦੇ ਵਿੱਚ ਖਬਰ ਬਣੂਗੀ ਵੀ ਭਾਈ ਕਿਸਾਨ ਹਾਲੇ ਵੀ ਡਟੇ ਹੋਏ ਆ, ਇਹਨਾਂ ਕਿਸਾਨਾਂ ਦੇ ਹੌਸਲੇ ਸ਼ਾਹੀਨ ਬਾਗ ਦੇ ਅੰਦੋਲਨਕਾਰੀਆਂ ਦੇ ਵੱਲੋਂ ਪਸਤ ਨਹੀਂ ਕੀਤੇ ਜਾ ਸਕੇ ਜੀ। ਜੀ ਬਿਲਕੁਲ। ਤੇ ਸਰ, ਗਾਜ਼ੀਪੁਰ ਬਾਰਡਰ ਦੇ ਉੱਪਰ ਮਿਲਖਾ ਸਿੰਘ ਹੋਰਾਂ ਦੀ ਯਾਦ ਦੇ ਵਿੱਚ ਮੈਰਾਥਨ ਵੀ ਹੋਇਆ ਜੀ। ਹਾਂਜੀ, ਬੜੀ ਵਧੀਆ ਗੱਲ ਹੈ ਜੀ। ਦੇਖੋ, ਮਿਲਖਾ ਸਿੰਘ ਭਾਰਤ ਦੇ ਮਹਾਨ ਅਥਲੀਟ ਰਹੇ ਆ, ਮਹਾਨ ਦੌੜਾਕ ਰਹੇ ਆ, ਉਡਣੇ ਸਿੱਖ ਦਾ ਖਿਤਾਬ ਉਹਨਾਂ ਨੂੰ ਮਿਲਿਆ ਸੀ, ਉਹਨਾਂ ਦੀ ਯਾਦ ਨੂੰ ਬਾਰਡਰਾਂ ਦੇ ਉੱਤੇ ਚੇਤੇ ਕੀਤਾ ਗਿਆ, ਯਾਦ ਕੀਤਾ ਗਿਆ ਉਹਨਾਂ ਨੂੰ, ਤੇ ਮੈਰਾਥਨ ਕਰਵਾਈ ਗਈ ਹੈ ਗਾਜ਼ੀਪੁਰ ਦੇ ਬਾਰਡਰ ਦੇ ਉੱਤੇ। ਇਹਦੇ ਵਿੱਚ ਟਕੈਤ ਹੋਰਾਂ ਨੇ ਵੀ ਹਿੱਸਾ ਲਿਆ।
ਵੱਡੀ ਗਿਣਤੀ ਦੇ ਵਿੱਚ ਕਿਸਾਨ ਭਾਵੇਂ ਬਜ਼ੁਰਗ ਆ, ਭਾਵੇਂ ਨੌਜਵਾਨ ਆ, ਭਾਵੇਂ ਬੱਚੇ ਆ, ਭਾਵੇਂ ਕੋਈ ਵੀ ਆ, ਉਹਨਾਂ ਨੇ ਹਿੱਸਾ ਲਿਆ। ਇੱਥੇ ਜਿਹੜੇ ਮੁੱਖ ਸਟੇਜ ਤੋਂ ਸ਼ੁਰੂ ਹੋ ਕੇ ਤੇ ਗੇਟ ਨੰਬਰ 1 ਤੱਕ ਉਹਨਾਂ ਦੇ ਵੱਲੋਂ ਇਹ ਜਿਹੜੀ ਦੌੜ ਲਾਈ ਗਈ ਆ, ਤੇ ਜਿਹੜੇ ਜੇਤੂ ਰਹੇ ਆ ਉਹਨਾਂ ਨੂੰ ਕਿਸਾਨ ਆਗੂਆਂ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸੋ ਇਹ ਦੇਖੋ, ਇੱਕ ਤਾਂ ਗੱਲ ਇਹ ਆ ਕਿ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਕਿਸਾਨ ਆ, ਉਹਨਾਂ ਦੇ ਅੰਦਰ ਕੋਈ ਮਾੜੀ ਮੋਟੀ ਰੁਚੀ ਪੈਦਾ ਹੋਵੇ, ਹੋਰ ਉਹ ਥੋੜਾ ਜਿਹਾ ਇੰਟਰਸਟ ਲੈਣ ਵੀ ਭਾਈ ਇੱਥੇ ਕੋਈ ਗਤੀਵਿਧੀਆਂ ਵੀ ਹੁੰਦੀਆਂ, ਕੋਈ ਐਕਟੀਵਿਟੀ ਹੋ ਰਹੀਆਂ। ਦੂਜੀ ਗੱਲ ਇਹ ਆ, ਮਹਾਨ ਅਥਲੀਟ ਨੂੰ ਚੇਤੇ ਕਰਨ ਦੇ ਲਈ ਗਾਹੇ ਬਗਾਹੇ ਉੱਦਮ ਹੋਣੇ ਚਾਹੀਦੇ ਆ। ਹੁਣੇ ਹੁਣੇ ਆਪਣੇ ਕੋਲ ਮਿਲਖਾ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਨਿਰਮਲ ਕੌਰ ਵਿਛੋੜਾ ਦੇ ਕੇ ਗਏ ਆ। ਸੋ ਉਹਨਾਂ ਨੂੰ ਹਮੇਸ਼ਾ ਚੇਤੇ ਕਰਨਾ ਚਾਹੀਦਾ ਮਿਲਖਾ ਸਿੰਘ ਨੂੰ, ਤੇ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਜੋ ਮਿਲਖਾ ਸਿੰਘ ਨੂੰ ਚੇਤੇ ਕੀਤਾ ਗਿਆ, ਇਹ ਇੱਕ ਬਹੁਤ ਵੱਡੀ ਤੇ ਮਹੱਤਵਪੂਰਨ ਗੱਲ ਹੈ। ਜੀ ਬਿਲਕੁਲ ਸਰ, ਜਿਹੜੇ ਲੀਡਰ ਨੇ ਉਹਨਾਂ ਨੂੰ ਲਗਾਤਾਰ ਪਿੰਡਾਂ ਦੇ ਵਿੱਚ ਘੇਰਾ ਪਾਇਆ ਜਾ ਰਿਹਾ ਲੋਕਾਂ ਦੇ ਵੱਲੋਂ, ਕਿਸਾਨਾਂ ਦੇ ਵੱਲੋਂ। ਆ ਪਿਛਲੇ ਦਿਨੀ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਘੇਰਿਆ ਲੋਕਾਂ ਨੇ ਤੇ ਕਿਸਾਨਾਂ ਨੇ, ਹੁਣ ਫਿਰ ਖਬਰ ਆ ਰਹੀ ਹੈ ਕਿ ਫਿਰ ਤੋਂ ਕਿਸਾਨਾਂ ਨੇ ਘੇਰਾ ਪਾਇਆ ਉਹਨਾਂ ਨੂੰ। ਦੇਖੋ ਗੱਲ ਤਾਂ ਇਹ ਹੈ ਵੀ ਪੰਜਾਬ ਦੇ ਕਿਸਾਨ ਤੇ ਪੰਜਾਬ ਦੇ ਸਮੂਹ ਲੋਕ, ਮੈਂ ਇਹ ਮੰਨਦਾ ਵੀ 10% ਤਾਂ ਇਸ ਗੱਲੋਂ ਸਿਆਣਪ ਦੇ ਵਿੱਚ ਆਏ ਆ ਵੀ ਉਹਨਾਂ ਨੇ ਲੀਡਰਾਂ ਨੂੰ ਸਵਾਲ ਕਰਨੇ ਸ਼ੁਰੂ ਕੀਤੇ ਆ। ਇਹ ਮੈਂ ਸੋਚਦਾ ਕਿ ਚੰਗੀ ਗੱਲ ਆ। ਇਹ ਨਹੀਂ ਕਹਿੰਦੇ ਵੀ ਐਤਕੀ ਦੀਆਂ ਚੋਣਾਂ ਤੋਂ ਪਹਿਲਾਂ ਸਾਰੇ ਹੀ ਜਾਗ ਜਾਣਗੇ ਚੰਗੀ ਤਰ੍ਹਾਂ, ਪਰ ਇੱਥੇ ਜਾਗ ਲੱਗ ਗਈ ਹੈ, ਕਦੇ ਨਾ ਕਦੇ ਤਾਂ ਪੂਰੀ ਦਹੀਂ ਵੀ ਜੰਮੂਗੀ ਸੋਚਾਂ ਦੀ। ਸੋ ਇਸ ਕਰਕੇ ਗੱਲ ਇਹ ਵੀ ਕਿ ਜੋ ਇੱਥੋਂ ਤਾਂ ਕੱਲੇ ਮਾਜਰਾ ਪਿੰਡ ਆ, ਨਾਭੇ ਦੇ ਵਿੱਚ ਕੱਲੇ ਮਾਜਰਾ, ਉਸ ਪਿੰਡ ਦੇ ਵਿੱਚ ਸਾਧੂ ਸਿੰਘ ਧਰਮਸੋਤ ਹੋਰੀ ਆਏ ਸੀਗੇ ਕਿਸੇ ਦੇ ਵਿਛੋੜੇ ਦੇ ਉੱਤੇ ਪਰਿਵਾਰ ਦੇ ਨਾਲ ਅਫਸੋਸ ਕਰਨ ਦੇ ਲਈ। ਪੂਰੇ ਪਿੰਡ ਦੇ ਲੋਕਾਂ ਨੇ ਸਾਧੂ ਸਿੰਘ ਧਰਮਸੋਤ ਨੂੰ ਘੇਰਾ ਪਾ ਲਿਆ, ਕਿਉਂਕਿ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਜੀ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੋਈ ਨਹੀਂ, ਸਾਡੇ ਪਿੰਡ ਦੇ ਵਿੱਚ ਵਿਕਾਸ ਦਾ ਪ੍ਰਬੰਧ ਕੋਈ ਨਹੀਂ, ਤੇ ਸਾਧੂ ਸਿੰਘ ਧਰਮਸੋਤ ਹੋਰਾਂ ਤੋਂ ਅਸੀਂ ਕਰਾਉਣਾ ਕੀ ਹੈ ਜੇਕਰ ਸਾਡੇ ਪਿੰਡ ਨੂੰ ਸਹੂਲਤਾਂ ਹੀ ਨਹੀਂ ਮਿਲਦੀਆਂ। ਆਮ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ ਚਮਚੀ ਮਾਰਨ ਤੇ ਗੋਡੀ ਹੱਥ ਲਾਉਣ ਦੇ ਵਿੱਚ ਜਿੱਦੀ ਰਹਿੰਦਾ ਲੀਡਰਾਂ ਦੇ, ਪਰ ਹੁਣ ਸਵਾਲ ਕਰਨ ਲੱਗੇ ਤਾਂ ਬਹੁਤ ਵਧੀਆ ਗੱਲ ਹੈ। ਜਦੋਂ ਸਾਧੂ ਸਿੰਘ ਧਰਮਸੋਤ ਇਹਨਾਂ ਦੇ ਵਿਛੋੜੇ ਵਾਲੇ ਪਰਿਵਾਰ ਦੇ ਵਿੱਚ ਪਹੁੰਚੇ ਅਫਸੋਸ ਕਰਨ ਦੇ ਲਈ, ਤਾਂ ਪਿੰਡ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਬਾਹਰ ਆ ਕੇ ਖੜ ਕੇ ਉਹਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰਤੀ ਧਰਮਸੋਤ ਦੇ ਖਿਲਾਫ਼। ਜਿੱਥੋਂ ਦੀ ਉਹਨਾਂ ਨੇ ਕਾਫਲੇ ਦੇ ਲੰਘਣਾ ਸੀਗਾ ਉੱਥੇ ਟਰੈਕਟਰ ਤੇ ਹੋਰ ਵਹੀਕਲ ਖੜੇ ਕਰਤੇ ਵੀ ਲੰਘਣ ਵੀ ਨਹੀਂ ਦੇਣਾ, ਫਿਰ ਟੋਭੇ ਤੱਕ ਤੁਰਤੇ ਗਏ ਆਪਦੇ ਸਾਰੇ ਸਾਥੀਆਂ ਦੇ ਸਮੇਤ, ਉੱਥੇ ਉਹ ਗੱਡੀਆਂ ਦੇ ਵਿੱਚ ਸਵਾਰ ਹੋਏ ਆ। ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਹੈਗੀ ਆ ਕਿ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਆ, ਇਹ ਇਕੱਲੀ ਭਾਜਪਾ ਹੀ ਨਹੀਂ, ਇਹ ਕਾਂਗਰਸ ਦੇ ਉੱਤੇ ਵੀ ਬਹੁਤ ਵੱਡਾ ਇਸ ਵਕਤ ਸਵਾਲ ਉੱਠ ਰਿਹਾ। ਉਹਦਾ ਕਾਰਨ ਇਹ ਹੈਗਾ ਵੀ ਜਿਹੜੀ ਬੀਜੇਪੀ ਆ ਉਹ ਤਾਂ ਨਕੋ ਮੂੰਹੋ ਲੱਖੀ ਚੁੱਕੀ ਆ ਕਿਸਾਨਾਂ ਦੇ ਲੋਕਾਂ ਦੇ, ਪਰ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਵੀ ਤਾਂ ਲੱਖੀ ਪਈ ਆ, ਕਿਉਂਕਿ ਪੰਜਾਬ ਦੇ ਲੋਕ ਜਾਣਦੇ ਆ ਵੀ ਇਹਨਾਂ ਨੇ ਸਾਡੇ ਨਾਲ ਕੀਤਾ, ਕੋਈ ਵਾਅਦਾ ਪੂਰਾ ਨਹੀਂ ਕੀਤਾ। ਇਸ ਕਰਕੇ ਕੱਲੇ ਮਾਜਰਾ ਪਿੰਡ ਦੇ ਵਾਸੀਆਂ ਨੇ ਗੱਲ ਕਹੀ, ਉੱਥੋਂ ਦੇ ਸਰਪੰਚ ਨੇ ਵੀ, ਇਹ ਪਿੰਡ ਦੇ ਕੋਲੇ ਆਪਣੀ ਕੋਈ ਸ਼ਾਮਲਾਟ ਦੀ ਜ਼ਮੀਨ ਨਹੀਂ ਆ, ਜੇ ਜ਼ਮੀਨ ਹੋਵੇ ਕਿਸੇ ਪਿੰਡ ਕੋਲੇ ਤਾਂ ਉਹਨੂੰ ਠੇਕੇ ਦੇ ਉੱਤੇ ਦੇ ਕੇ ਤੇ ਜਿਹੜਾ ਪੈਸਾ ਆਉਂਦਾ ਵਿਕਾਸ ਦੇ ਕੰਮ ਕਰਵਾ ਲੈਂਦੇ ਆ, ਪਰ ਇੱਥੇ ਹੈ ਹੀ ਕੁਛ ਨਹੀਂ ਪਿੰਡ ਦੇ ਕੋਲੇ। ਸੋ ਸਾਧੂ ਸਿੰਘ ਧਰਮਸੋਤ ਨੂੰ ਜਦੋਂ ਘੇਰਾ ਪੈ ਗਿਆ ਤਾਂ ਉਹ ਜਾਂਦੇ ਜਾਂਦੇ ਕਹਿੰਦੇ ਜੀ ਇਸ ਪਿੰਡ ਨੂੰ ਵਿਕਾਸ ਦੇ ਕੰਮਾਂ ਲਈ ਅਸੀਂ 50 ਲੱਖ ਰੁਪਏ ਦੀ ਗ੍ਰਾਂਟ ਦੇਵਾਂਗੇ। ਸੋ ਦੇਖੋ ਇੱਕ ਚੰਗੀ ਗੱਲ ਆ, ਸ਼ਾਂਤਮਈ ਤਰੀਕੇ ਦੇ ਨਾਲ, ਸਭਿਅਕ ਸ਼ਬਦਾਵਲੀ ਦੇ ਨਾਲ, ਤਿੱਖੇ ਸਵਾਲ ਕਰਨੇ ਸਾਡਾ ਹੱਕ ਹੈ, ਸਾਡਾ ਅਧਿਕਾਰ ਹੈ, ਤੇ ਇਸ ਅਧਿਕਾਰ ਨੂੰ ਗੁਆਉਣਾ ਨਹੀਂ ਚਾਹੀਦਾ। ਪਰ ਸਰ ਸਵਾਲ ਤਾਂ ਇਹ ਵੀ ਹੈ ਕਿ ਕੀ ਹੁਣ ਲੋਕਾਂ ਨੂੰ ਘੇਰਾ ਪਾ ਪਾ ਕੇ ਆਪਣੇ ਪਿੰਡਾਂ ਦੇ ਲਈ ਗ੍ਰਾਂਟਾਂ ਲੈਣੀਆਂ ਪੈਣਗੀਆਂ? ਕੀ ਇਹਨਾਂ ਲੀਡਰਾਂ ਨੂੰ ਪਹਿਲਾਂ ਨਹੀਂ ਪਤਾ ਕਿ ਵਿਕਾਸ ਵੀ ਕਰਨਾ ਹੈ, ਪਿੰਡਾਂ ਨੂੰ ਗ੍ਰਾਂਟਾਂ ਦੀ ਲੋੜ ਹੈ, ਤੇ ਉਹ ਗ੍ਰਾਂਟਾਂ ਦੇ ਨਾਲ ਹੀ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਸੁੱਖ ਦਾ ਸਾਹ ਲੈ ਸਕਣਗੇ? ਦੇਖੋ ਗੱਲ ਇਹ ਆ, ਪਹਿਲਾਂ ਤਾਂ ਪਿੰਡਾਂ ਦੇ ਲੋਕਾਂ ਨੂੰ ਵੀ ਨਹੀਂ ਅਕਲ ਸੀ, ਪਿੰਡਾਂ ਦੇ ਲੋਕਾਂ ਨੂੰ ਵੀ ਨਹੀਂ ਇੰਨਾ ਸਮਝ ਸੀ ਵੀ ਭਾਈ ਸਾਡੇ ਹੱਕ ਕਿਹੜੇ ਆ। ਚਲੋ ਬੋਲਣਾ ਤਾਂ ਸ਼ੁਰੂ ਹੋਇਆ, ਮੈਂ ਤਾਂ ਇਹਨੂੰ ਵੱਡੀ ਪ੍ਰਾਪਤੀ ਮੰਨਦਾ। ਹੁਣ ਦੇਖੋ ਜੇ ਐਤਕੀ ਘੇਰਾ ਨਾ ਪੈਂਦਾ ਤਾਂ ਫਿਰ ਜੋ ਕਹਿੰਦੇ ਕਹਿੰਦੇ ਗਏ ਇਹ ਵੀ ਨਹੀਂ ਮਿਲਣਾ ਸੀਗਾ। ਜੇ ਘੇਰਾ ਪਿਛਲੇ 5 ਸਾਲ ਪਹਿਲਾਂ ਹੀ ਪੈ ਜਾਂਦਾ ਜਿਹੜਾ ਵੀ ਨੇਤਾ ਨੂੰ ਪੈਂਦਾ ਤਾਂ ਸ਼ਾਇਦ ਇਹ ਉਦੋਂ ਵਿਕਾਸ ਹੋ ਜਾਂਦਾ। ਮੇਰਾ ਕਹਿਣ ਦਾ ਭਾਵ ਇਹ ਜੀ ਕਿ 4.5 ਸਾਲ ਦੇ ਵਿੱਚ ਪਿੰਡ ਦੇ ਲੋਕਾਂ ਦੀ ਥੋੜ੍ਹੀ ਜਿਹੀ ਸੋਚ ਆ ਉਹ ਬਦਲੀ ਤਾਂ ਹੈਗੀ ਆ, ਤੇ ਬਦਲੀ ਹੋਈ ਸੋਚ ਦੇ ਕਰਕੇ ਸਾਰਾ ਕੁਝ ਹੋਇਆ। ਲੰਘੇ ਵੇਲੇ ਦੇ ਵਿੱਚ ਨਾ ਤਾਂ ਲੀਡਰਾਂ ਨੇ ਕਦੇ ਪਿੰਡਾਂ ਦੇ ਜਾਂ ਪੰਜਾਬ ਦੇ ਵਿਕਾਸ ਬਾਰੇ ਸੋਚਿਆ, ਤੇ ਨਾ ਹੀ ਵੋਟਾਂ ਪਾਉਣ ਵਾਲਿਆਂ ਨੇ ਸੋਚਿਆ। ਮੈਂ ਜਿਵੇਂ ਮੁੱਢ ਤੇ ਗੱਲ ਕਹੀ ਆ ਵੀ ਅਸੀਂ ਤਾਂ ਚਾਪਲੂਸੀਆਂ ਦੇ ਆਦੀ ਲੋਕ ਆ, ਅਸੀਂ ਤਾਂ ਗੋਡੀ ਹੱਥ ਲਾਉਂਦੇ ਆ, ਸਾਡੇ ਜੰਮਣੇ ਤੇ ਆ ਜੇ ਲੀਡਰ, ਸਾਡੇ ਵਿਆਹ ਤੇ ਆ ਜੇ, ਸਾਡੇ ਮਰਨੇ ਤੇ ਆ ਜੇ, ਅਸੀਂ ਤਾਂ ਚੁਣਦੇ ਹੀ ਇਸ ਗੱਲ ਕਰਕੇ ਆ ਵੀ ਟੌਰ ਟੱਪਾ ਜਿਹਾ ਹੋਊਗਾ, ਨਾਲ ਜਦੋਂ 10-20 ਗਨਮੈਨ ਹੋਣਗੇ ਤੇ ਲੋਕਾਂ ਨੂੰ ਦੱਸਣ ਯੋਗ ਹੋਵਾਂਗੇ ਆਹ ਦੇਖੋ ਜੀ ਆਪਣੇ ਕਹਿਣੇ ਤੇ ਆਏ ਆ, ਇਹਨਾਂ ਨਾਲ ਆਪਣੀ ਸਿੱਧੀ ਆ, ਬੰਦਾ ਛੁਡਵਾ ਲਈਦਾ, ਬੰਦਾ ਬਣਵਾ ਲਈਦਾ। ਆਪਾਂ ਤਾਂ ਇਹਨਾਂ ਕੰਮਾਂ ਚ ਬਿਜ਼ੀ ਸੀ,
ਪਰ ਜੇਕਰ ਹੁਣ ਨਵੀਂ ਪੀੜ੍ਹੀ ਆ ਜਿਹੜੀ ਜਾਂ ਬਜ਼ੁਰਗ ਕਹਿ ਲਈਏ ਜਾਂ ਕੋਈ ਵੀ, ਜੇਕਰ ਉਹ ਜਾਗੇ ਆ, ਸੋਚ ਪੱਖੋਂ ਤੰਦਰੁਸਤ ਹੋ ਰਹੇ ਆ ਹੌਲੀ ਹੌਲੀ, ਇਹ ਜਿਹੜੀ ਜਾਗ ਹੁੰਦੀ ਆ ਇਹ ਕਿਸੇ ਨੂੰ ਇੱਕ ਸਕਿੰਟ 'ਚ ਨਹੀਂ ਲੱਗਦੀ। ਤੁਸੀਂ ਦੇਖੋ ਆਜ਼ਾਦੀ ਦੇ ਸੰਗਰਾਮ ਦੀ ਜਾਗ ਕਿੰਨੇ ਚਿਰ ਬਾਅਦ ਲੱਗੀ, ਉਵੇਂ ਲੋਕਾਂ ਦੀ ਸੋਚ ਬਦਲਣ ਦੇ ਉੱਤੇ ਮੈਂ ਨਹੀਂ ਕਹਿਣਾ ਵੀ 6 ਮਹੀਨੇ 'ਚ ਬਦਲ ਜਾਣੀ ਆ, ਹੋ ਸਕਦਾ ਆਉਂਦੇ 5 ਸਾਲਾਂ ਤੱਕ ਹੀ ਬਦਲੇ, ਅਗਲੀਆਂ ਚੋਣਾਂ ਤੱਕ ਬਦਲੇ। ਸੋ ਇਹ ਇੱਕ ਬਹੁਤ ਵੱਡਾ ਤੇ ਮਹੱਤਵਪੂਰਨ ਨੁਕਤਾ ਹੈਗਾ, ਬਹੁਤ ਵੱਡੀ ਗੱਲ ਆ ਇਹ, ਹੌਲੀ ਹੌਲੀ ਲੋਕ ਜੇਕਰ ਪੰਜਾਬ ਦੇ ਜਾਂ ਜਨਤਾ ਜੀ। ਜੀ ਬਿਲਕੁਲ ਸਰ, ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋ ਰਹੀਆਂ ਨੇ ਜੀ, ਪਿੰਡਾਂ ਦੇ ਵਿੱਚ ਕਿਸੇ ਵੀ ਪਾਰਟੀ ਨਾਲ ਜੁੜੇ ਹੋਏ ਲੀਡਰਾਂ ਦੇ ਦਾਖਲੇ ਦੇ ਉੱਪਰ ਪਾਬੰਦੀ ਲਾਉਣੀ ਸ਼ੁਰੂ ਕਰਤੀ ਆ ਲੋਕਾਂ ਨੇ ਮਤੇ ਪਾਉਣੇ ਸ਼ੁਰੂ ਕਰ ਦਿੱਤੇ। ਬਿਲਕੁਲ ਜੀ ਬਿਲਕੁਲ, ਭੁੱਲਰਹੇੜੀ ਪਿੰਡ ਆ, ਭੁੱਲਰਹੇੜੀ ਪਿੰਡ ਦੀ ਪੰਚਾਇਤ ਦੇ ਵੱਲੋਂ ਮਤਾ ਪਾਸ ਕੀਤਾ ਗਿਆ, ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਹੋਰ ਵੀ ਮਤੇ ਪਾਸ ਕੀਤੇ ਗਏ ਆ। ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਗੱਲ ਲਿਖੀ ਆ ਮਤਿਆਂ ਦੇ ਵਿੱਚ ਕਿ ਇਸ ਵਕਤ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਬਿਜੀ ਆ, ਭਾਵੇਂ ਪੰਜਾਬ ਦੇ ਧਰਨਿਆਂ 'ਚ ਆ ਭਾਵੇਂ ਦਿੱਲੀ ਦੇ ਧਰਨਿਆਂ ਦੇ ਵਿੱਚ ਆ, ਤਾਂ ਪੰਜਾਬ ਦੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ 6 ਮਹੀਨੇ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਆਪਦਾ ਸੂਤ ਲਾਉਣ ਦੇ ਲਈ ਤੇ ਸਾਰਾ ਕੁਝ ਕਰ ਰਹੇ ਆ, ਪਰ ਅਸੀਂ ਓਨੀ ਦੇਰ ਤੱਕ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਜਾਂ ਭੁੱਲਰਖੇੜੀ ਪਿੰਡ ਦੇ ਵਿੱਚ ਨੇਤਾ ਨੂੰ ਨਹੀਂ ਵੜਨ ਦੇਵਾਂਗੇ, ਭਾਵੇਂ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ, ਜਿੰਨੀ ਦੇਰ ਤੱਕ ਇਹਨਾਂ ਦੇ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਬੋਲ ਕੇ ਕਿਸਾਨੀ ਮਸਲਾ ਹੱਲ ਨਹੀਂ ਕਰਵਾਇਆ ਜਾਂਦਾ। ਦੇਖੋ ਇਹ ਗੱਲ ਆਪਣੀ ਥਾਂ ਤੇ ਬੜੀ ਮਹੱਤਵਪੂਰਨ ਹੈ, ਪਿੰਡਾਂ ਦੇ ਵਿੱਚ ਵੰਡੀਆਂ ਬਹੁਤ ਪਈਆਂ ਹੁੰਦੀਆਂ, ਪਿੰਡਾਂ ਦੇ ਵਿੱਚ ਮੰਨ ਲਓ ਇੱਕ ਪਿੰਡ ਦੇ ਵਿੱਚੋਂ 2 ਟਰਾਲੀਆਂ ਜਾਂ 20 ਜਾਣੇ ਜਾਂ 25 ਜਾਣੇ ਇੱਕ ਵੇਲੇ ਵੱਢ ਦਿੱਤੇ ਜਾਂਦੇ ਆ, ਤੇ ਜੇ ਪਿੰਡ ਦੇ ਵਿੱਚ ਨੇਤਾ ਆ ਜਾਏ ਤਾਂ 100 ਜਾਣਾ ਮਗਰ ਹਰਨ ਹਰਨ ਕਰਨਾ ਤੁਰ ਪੈਂਦਾ। ਸੋ ਇਸ ਕਰਕੇ ਬਹੁਤ ਵੱਡੀ ਗੱਲ ਆ ਵੀ ਰੋਕਣਾ ਚਾਹੀਦਾ ਨੇਤਾਵਾਂ ਨੂੰ, ਇਹਨਾਂ ਦੇ ਉੱਤੇ ਵੀ ਦਬਾਅ ਬਣੇ ਵੀ ਸਾਡੀਆਂ ਕੁਰਸੀਆਂ ਗਈਆਂ, ਅਸੀਂ ਖੜਾ ਵੇ ਕਿਵੇਂ ਚੋਣਾਂ ਦੇ ਵਿੱਚ, ਸਾਡਾ ਬਣੂਗਾ ਕੀ। ਸੋ ਮੈਂ ਤਾਂ ਇਹ ਸੋਚਦਾ ਜੀ ਇਹ ਬਹੁਤ ਵੱਡਾ ਉਦਮ ਆ, ਤੇ ਇਹ ਗੱਲ ਲਿਖ ਕੇ ਲਾ ਦਿੱਤੀ ਗਈ ਹੈ ਪਿੰਡਾਂ ਦੇ ਵਿੱਚ ਕਈਆਂ ਦੇ ਵਿੱਚ ਕਿ ਓਨੀ ਦੇਰ ਤੱਕ ਸਾਡੇ ਪਿੰਡ 'ਚ ਨਾ ਵੜੋ, ਜਿੰਨੀ ਦੇਰ ਤੱਕ ਕਿਸਾਨੀ ਮਸਲਾ ਹੱਲ ਨਹੀਂ ਹੁੰਦਾ, ਕਾਨੂੰਨ ਰੱਦ ਨਹੀਂ ਹੁੰਦੇ, ਬਾਰਡਰ ਤੇ ਅੰਦੋਲਨ ਸਮਾਪਤ ਨਹੀਂ ਹੁੰਦਾ। ਉਸ ਤੋਂ ਅਗਲੀ ਗੱਲ ਇਹ ਵੀ ਕਿ ਜੇਕਰ ਕੋਈ ਵੀ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਬੁਲਾਊਗਾ, ਮੰਨ ਲਓ ਕਈ ਵਾਰੀ ਕੋਈ ਚਿੱਕੜ ਚੌਧਰੀ ਹੁੰਦਾ ਵੀ ਭਾਈ ਮੈਂ ਤਾਂ ਬੁਲਾਊਂਗਾ, ਮੈਨੂੰ ਰੋਕ ਕੇ ਦਿਖਾਵੇ, ਤਾਂ ਪਿੰਡਾਂ ਦੇ ਲੋਕਾਂ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਉਹਦਾ ਵੀ ਬਰਾਬਰ ਦਾ ਵਿਰੋਧ ਕਰਾਂਗੇ, ਉਹਦੇ ਨਾਲ ਕੋਈ ਸੰਬੰਧ ਨਹੀਂ ਰੱਖਾਂਗੇ, ਜਿਹੜਾ ਪਿੰਡ ਦੀ ਪੰਚਾਇਤ ਦੇ ਪਾਏ ਹੋਏ ਮਤੇ ਦੇ ਉਲਟ ਚੱਲਦਾ ਹੈਗਾ। ਮੈਂ ਨਾ ਅੱਜ ਇੱਕ ਪੜ੍ਹ ਕੇ ਹਟਿਆ ਸਤਰ, ਉਹਦੇ ਵਿੱਚ ਲਿਖਿਆ ਸੀ ਵੀ ਜਿਹੜੇ ਸਾਡੀ ਭਾਰਤੀ ਰਾਜਨੀਤੀ ਨਾਲ ਜੁੜੇ ਹੋਏ ਲੋਕ ਆ ਉਹ ਕੀ ਸੋਚ ਰੱਖਦੇ ਆ, ਉਹ ਕਹਿੰਦੇ ਵੀ ਜੇ ਤਾਂ ਮੈਨੂੰ ਟਿਕਟ ਮਿਲ ਗਈ ਤਾਂ ਮੈਂ ਬਸ ਭਾਰਤ ਦੀ ਰਾਜਨੀਤੀ ਦੇ ਵਿੱਚ ਹੀ ਬਦਲਾ ਲਿਆਉਂਗਾ, ਤੇ ਜੇ ਮੈਨੂੰ ਟਿਕਟ ਨਾ ਮਿਲੀ ਤਾਂ ਮੈਂ ਪਾਰਟੀ ਬਦਲ ਦੂੰਗਾ। ਅੱਜ ਕੱਲ੍ਹ ਭਾਰਤ ਦੇ ਵਿੱਚ ਆਹ ਸੋਚ ਚੱਲਦੀ ਹੈ। ਜੀ ਬਿਲਕੁਲ ਸਰ, ਇਸ ਵੇਲੇ ਪੰਜਾਬ ਦੇ ਵਿੱਚ ਇੱਕ ਬਿਜਲੀ ਵਾਰ ਚੱਲਦੀ ਪਈ ਹੈ, ਕੋਈ ਕਹਿੰਦਾ 1 ਯੂਨਿਟ ਮੁਫ਼ਤ ਦੇ ਦਿਆਂਗੇ, ਕੋਈ ਕਹਿੰਦਾ 1 ਯੂਨਿਟ ਮੁਫ਼ਤ ਦੇ ਦਿਆਂਗੇ, ਇਹ ਜਦੋਂ ਤੋਂ ਐਲਾਨ ਹੋਣ ਲੱਗੇ ਨੇ ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ, ਪਰ ਸਿੱਧੂ ਤੇ ਬਾਜਵਾ ਦੇ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੀ ਵਕਾਲਤ ਕੀਤੀ ਗਈ ਹੈ। ਦੇਖੋ ਗੱਲ ਇਹ ਜੀ ਕਿ ਮੇਰੇ ਖਿਆਲ ਦੇ ਮੁਤਾਬਕ ਬਿਜਲੀ ਮੁਫ਼ਤ ਨਹੀਂ, ਬਿਜਲੀ ਸਸਤੀ ਹੋਣੀ ਚਾਹੀਦੀ ਹੈ। ਜਦੋਂ ਮੁਫ਼ਤ ਕੋਈ ਚੀਜ਼ ਮਿਲਦੀ ਹੈ ਸਾਨੂੰ ਉਹਦੀ ਵਰਤੋਂ ਦੁਰਵਰਤੋਂ ਦਾ ਪਤਾ ਨਹੀਂ ਲੱਗਦਾ, ਭਾਵੇਂ ਉਹਦਾ ਮੁੱਲ ਜਿਹੜਾ ਉਹ ਇੰਨਾ ਕੁ ਹੋਣਾ ਚਾਹੀਦਾ ਵੀ ਜਿਹੜਾ ਹਰ ਕਿਸੇ ਦੀ ਪਹੁੰਚ ਦੇ ਵਿੱਚ ਹੋਵੇ, ਅੱਜ 10 ਰੁਪਈਏ ਤੋਂ ਉੱਪਰ ਯੂਨਿਟ ਆ ਪੰਜਾਬ ਦੇ ਵਿੱਚ, ਪਰ ਜੇਕਰ ਇਹ ਸਸਤੀ ਹੋਵੇ ਤਾਂ ਬੰਦੇ ਨੂੰ ਪਤਾ ਲੱਗੇ ਜੀ ਕਿ ਮੈਂ ਜੇਕਰ 1 ਯੂਨਿਟ ਫੂਕਦਾ ਉਹਦੇ ਪੈਸੇ ਕਿੰਨੇ ਪੈਂਦੇ ਆ। ਪਰ ਕਿਉਂਕਿ ਪੰਜਾਬ ਦੇ ਵਿੱਚ ਮੁਫ਼ਤ ਖੋਰੀ ਚੰਗੀ ਲੱਗਦੀ ਹੈ, ਹਰ ਚੀਜ਼ ਸਾਨੂੰ ਮੁਫ਼ਤ ਦੇ ਵਿੱਚ ਮਿਲੇ ਬਸ ਸਵਾਦ ਹੀ ਆ ਜਾਂਦਾ, ਉਹ ਭਾਵੇਂ ਸਾਡੇ ਵਿੱਚੋਂ ਨਿਕਲਦੀ ਕਿਸੇ ਨਾ ਕਿਸੇ ਹੋਰ ਰੂਪ ਦੇ ਵਿੱਚ, ਉਦੋਂ ਫਿਰ ਸਾਨੂੰ ਕੋਈ ਪਤਾ ਨਹੀਂ ਲੱਗਦਾ ਵੀ ਅਸੀਂ ਕਿਹਨੂੰ ਗਾਲਾਂ ਕੱਢ ਕੇ ਤੇ ਕਿਹਨੂੰ ਚੰਗਾ ਸਕੇ, ਜਾਂ ਅਸੀਂ ਵੱਧ ਤੋਂ ਵੱਧ ਗਾਲਾਂ ਹੀ ਕੱਢ ਸਕਦੇ ਹੋਰ ਸਾਡੇ ਪੱਲੇ ਕੁਛ ਨਹੀਂ ਗਾ। ਸੋ ਇਸ ਵਕਤ ਨਵਜੋਤ ਸਿੰਘ ਸਿੱਧੂ ਟਵੀਟ ਕਰ ਰਹੇ ਆ, ਉਹ ਕਹਿੰਦੇ ਵੀ ਜਿਹੜੇ ਪੰਜਾਬ ਦੇ ਲੋਕ ਆ ਇਹਨਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਮਿਲਣੀ ਚਾਹੀਦੀ ਹੈ, ਤੇ ਬਿਜਲੀ ਹੈ ਜਿਹੜੀ ਉਹ ਸਸਤੀ ਵੀ ਮਿਲਣੀ ਚਾਹੀਦੀ ਹੈ। ਉਹਨਾਂ ਨੇ ਇਹ ਗੱਲ ਕਹੀ ਅਸਲ ਦੇ ਵਿੱਚ ਤਾਂ ਕਰਕੇ ਵੀ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਦਾ ਪੱਤਾ ਖੇਡ ਗਈ ਆ ਵੀ ਪੰਜਾਬ ਦੇ ਵਿੱਚ ਜੇਕਰ ਉਹਨਾਂ ਦੀ ਸਰਕਾਰ ਆ ਗਈ ਤਾਂ 300 ਯੂਨਿਟ ਬਿਜਲੀ ਅਸੀਂ ਮੁਫ਼ਤ ਦਿਆ ਕਰਾਂਗੇ। ਇਹ ਵੱਖਰੀ ਗੱਲ ਹੈ ਵੀ ਕੇਜਰੀਵਾਲ ਸਾਹਿਬ 24 ਘੰਟਿਆਂ ਦੇ ਬਾਅਦ ਬਦਲ ਗਏ, ਪਹਿਲਾਂ ਕਹਿੰਦੇ ਸੀ ਸਭ ਨੂੰ ਮੁਫ਼ਤ ਮਿਲੂਗੀ, ਬਾਅਦ ਦੇ ਵਿੱਚ ਕਹਿੰਦੇ SC ST ਤੇ BPL ਕਾਰਡ ਧਾਰਕਾਂ ਨੂੰ ਮਿਲੂਗੀ। ਅੱਜ ਵੀ ਪੰਜਾਬ ਦੇ ਵਿੱਚ ਫਰੀਡਮ ਫਾਈਟਰਾਂ ਨੂੰ, SC ਤੇ ST ਭਾਈਚਾਰੇ ਨੂੰ, BPL ਕਾਰਡ ਧਾਰਕਾਂ ਨੂੰ 200 ਯੂਨਿਟ ਬਿਜਲੀ ਮੁਫ਼ਤ ਮਿਲਦੀ ਹੈ। ਪਰ ਗੱਲ ਇਹ ਹੈ ਵੀ ਇਹ ਹੋਗੀ ਜਾਤ ਆਧਾਰਿਤ ਗੱਲ, ਜਦਕਿ ਚਾਹੀਦੀ ਇਹ ਗੱਲ ਹੈ ਜੀ ਕਿ ਸਭ ਦੀ ਉੱਤੇ ਬਰਾਬਰਤਾ ਦੀ ਗੱਲ ਕੀਤੀ ਜਾਵੇ। ਅੱਜ ਜਾਤ ਆਧਾਰਿਤ ਨਹੀਂ, ਅੱਜ ਆਰਥਿਕਤਾ ਆਧਾਰਿਤ ਰਾਖਵਾਂਕਰਨ ਹੋਣਾ ਚਾਹੀਦਾ। ਹੁਣ ਭਾਵੇਂ ਕੋਈ ਜ਼ਿਮੀਂਦਾਰ ਆ ਜਿਹਦੇ ਕੋਲ 6 ਕਨਾਲਾ ਜ਼ਮੀਨ ਆ, ਹੈਗਾ ਤਾਂ ਜੱਟ ਆ, ਪਰ ਉਹਦੇ ਕੋਲ ਨਾ ਤਾਂ 200 ਯੂਨਿਟ ਜਿਹੜੇ ਜੋ ਕਿ ਪੈਸੇ ਹੈਗੇ ਤੇ ਨਾ ਕੋਈ 500 ਯੂਨਿਟ ਚੁੱਕੇ ਆ, ਘਰ ਦੇ ਵਿੱਚ AC ਕੋਈ ਨਹੀਂ ਲੱਗਾ, ਕੀ ਉਹਦਾ ਜੱਟ ਹੋਣਾ ਹੀ ਖਰਾਬ ਆ।
ਬਹੁਤ ਸਾਰੇ ਲੋਕ ਇਹੋ ਜਿਹੇ ਵੀ ਜਿਹੜੇ ਐਸਟੀ ਭਾਈਚਾਰੇ ਦੇ ਵਿੱਚੋਂ ਆ, ਜਿਨ੍ਹਾਂ ਦੇ ਬਹੁਤ ਸੋਹਣੇ ਰੁਜ਼ਗਾਰ ਆ, ਜਿਨ੍ਹਾਂ ਦੇ ਬੜੇ ਖੂਬਸੂਰਤ ਕਾਰੋਬਾਰ ਆ, ਜਿਨ੍ਹਾਂ ਦੇ ਘਰੇ ਚੰਗਾ ਪੈਸਾ, ਟਕਾ 20,000 ਗੱਡੀਆਂ ਘਰੇ ਖੜੀਆਂ। ਸੋ ਇਹ ਬਹੁਤ ਸਾਰੀਆਂ ਸੋਚਣ ਵਾਲੀਆਂ ਗੱਲਾਂ। ਕੱਲ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਗੱਲ ਕਹੀ ਹੈ ਕਿ ਵਾਈਟ ਪੇਪਰ ਲੈ ਕੇ ਆਉਣਾ ਚਾਹੀਦਾ ਬਿਜਲੀ ਦੇ ਬਾਰੇ ਸਰਕਾਰ ਨੂੰ, ਤੇ ਜਿਹੜਾ ਕਿ ਹਾਲੇ ਤੱਕ ਨਹੀਂ ਆਇਆ, ਤੇ ਜੇਕਰ ਨਾ ਲਿਆਂਦਾ ਗਿਆ ਤਾਂ ਲੋਕਾਂ ਦੇ ਵਿੱਚ ਹੋਰ ਵੀ ਸ਼ੰਕੇ ਪੈਦਾ ਹੋਣੇ। ਜੀ, ਪਰ ਵੈਸੇ ਸਰ ਬਿਜਲੀ ਸੰਕਟ ਕਹਿੰਦੇ ਕਾਫੀ ਜ਼ਿਆਦਾ ਗਰਮਾਇਆ ਹੋਇਆ, ਲੋਕ ਕਾਫੀ ਤੰਗ ਪਰੇਸ਼ਾਨ ਨੇ, ਬੱਤੀ ਆਉਂਦੀ ਨਹੀਂ ਪੰਜਾਬ 'ਚ। ਦੇਖੋ, ਇਸ ਵੇਲੇ ਬਠਿੰਡੇ ਵਾਲਾ ਥਰਮਲ ਪਲਾਂਟ ਬੰਦ ਆ, ਰੋਪੜ ਵਾਲੇ ਥਰਮਲ ਪਲਾਂਟ ਦੇ 2 ਯੂਨਿਟ ਖਰਾਬ ਆ, ਬਣਾ ਵਾਲਾ ਥਰਮਲ ਪਲਾਂਟ ਦੇ 2 ਯੂਨਿਟ ਹੋਰ ਖਰਾਬ ਹੋ ਗਏ ਆ। ਉਹਦੇ ਵਿੱਚੋਂ 1 ਯੂਨਿਟ ਆ ਜਿਹੜਾ ਪੱਟ ਕੇ ਕਹਿੰਦੇ ਗੁਜਰਾਤ ਠੀਕ ਕਰਨਾ ਭੇਜਿਆ, ਜਿਹੜਾ ਦੂਜਾ ਯੂਨਿਟ ਖਰਾਬ ਹੋਇਆ ਉਹਦਾ, ਉਹਦੇ ਨਾਲ ਵੀ 1000 ਮੈਗਾਵਾਟ ਬਿਜਲੀ ਪੈਦਾ ਹੁੰਦੀ ਆ, ਤਿਆਰ ਹੁੰਦੀ ਆ। ਸੋ ਕਹਿੰਦੇ ਵੀ ਉਧਰ ਟਿਊਬਾਂ ਵਗੈਰਾ ਦੇ ਵਿੱਚ ਨੁਕਸ ਪੈ ਗਿਆ, ਜਦੋਂ ਉਹ ਮੈਨੂੰ ਹੁਣ ਪਤਾ ਨਹੀਂ ਕੋਈ ਤਕਨੀਕੀ ਤਰੀਕੇ ਕੀ ਹੋਣਗੇ, ਕਹਿੰਦੇ ਵੀ ਜਦੋਂ ਉਹ ਠੰਡੀਆਂ ਹੋ ਗਈਆਂ ਉਧਰ ਟਿਊਬਾਂ, ਉਸ ਤੋਂ ਬਾਅਦ ਉਹਦਾ ਵੀ ਇਲਾਜ ਕਰਕੇ ਤੇ ਉਹਨੂੰ ਠੀਕ ਕਰਕੇ ਤੇ ਉਹ ਵੀ ਬਿਜਲੀ ਪੈਦਾ ਕਰਨ ਦੇ ਲਾਇਕ ਕਰ ਦਿੱਤਾ ਜਾਊਗਾ। ਪਰ ਉਨੀ ਦੇਰ ਤੱਕ ਪੰਜਾਬ ਦੇ ਵਿੱਚ ਮਸਲੇ ਦਾ ਹੱਲ ਕਿਵੇਂ ਨਿਕਲੂਗਾ, ਗੱਲ ਤਾਂ ਇਹ ਹੈ। ਇਹਦੇ ਵਿੱਚ ਇਹ ਵੀ ਦੱਸਿਆ ਗਿਆ ਜੀ ਕਿ ਪੰਜਾਬ ਦੇ ਵਿੱਚ ਬਿਜਲੀ ਸੰਕਟ ਹੋਰ ਵੀ ਬੁਰਾ ਹੋ ਸਕਦਾ। ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਆਪਦੇ ਆਪ ਨੂੰ ਸਹੀ ਦਰਸਾਉਣ ਦੇ ਲਈ ਤੇ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਦੇ ਲਈ ਅੱਜ ਦੀਆਂ ਅਖਬਾਰਾਂ ਦੇ ਵਿੱਚ ਪੂਰੇ ਪੂਰੇ ਸਫ਼ੇ ਦਾ ਇਸ਼ਤਿਹਾਰ ਦਿੱਤਾ ਗਿਆ। ਹੁਣ ਇਹ ਇਸ਼ਤਿਹਾਰ ਮੁਫ਼ਤ ਦੇ ਵਿੱਚ ਤਾਂ ਛਪਿਆ ਨਹੀਂ, ਜਿਹੜੀਆਂ ਵੱਡੀਆਂ ਅਖਬਾਰਾਂ ਉਹਦੇ ਵਿੱਚ ਲੱਖਾਂ ਰੁਪਈਆ 1 ਸਫ਼ੇ ਦਾ ਲੱਗਦਾ, ਜਿਹੜੀਆਂ ਛੋਟੀਆਂ ਅਖਬਾਰਾਂ 1000 ਰੁਪਈਆ ਉਹਦੇ ਉੱਤੇ 1 ਸਫ਼ੇ ਦਾ ਲੱਗਦਾ। ਪਰ ਗੱਲ ਇਹ ਵੀ ਇਹ ਵੀ ਤਾਂ ਲੋਕਾਂ ਦਾ ਪੈਸਾ ਹੀ ਆ। ਇੱਕ ਪਾਸੇ ਆਪਾਂ ਬਿਜਲੀ ਮਹਿੰਗੀ ਕੀਤੀ ਹੈ ਵੀ 10 ਰੁਪਈਏ ਯੂਨਿਟ ਕਰੀ ਬੈਠੇ, ਦੂਜੇ ਪਾਸੇ ਬਿਜਲੀ ਮਸਲੇ ਦੇ ਉੱਤੇ ਸਫਾਈ ਦੇਣ ਦੇ ਲਈ ਵੀ ਭਾਈ ਪਲਾਂਟ ਕਿਵੇਂ ਖਰਾਬ ਹੋ ਗਏ ਤੇ ਅਚਾਨਕ ਸੰਕਟ ਕਿਵੇਂ ਪੈਦਾ ਹੋ ਗਿਆ, ਕਿਉਂ ਅਚਾਨਕ ਕੱਟ ਲਾਉਣੇ ਪੈ ਰਹੇ ਆ, ਤੇ ਪੰਜਾਬ ਤੁਹਾਡੇ ਨਾਲ ਤੇ ਪੰਜਾਬ ਦੀ ਸਰਕਾਰ ਵਿਕਾਸ ਆਰ ਪਾਰ ਪਲਾਂਟ ਹੀ ਕਰਕੇ ਤੇ ਇਹ ਆਪਾਂ ਐਡੇ ਐਡੇ ਵੱਡੇ ਇਸ਼ਤਿਹਾਰ ਦਿੰਦੇ ਹਾਂ, ਇਹ ਵੀ ਲੋਕਾਂ ਦੀਆਂ ਜਿੰਦਾ ਕੱਟਣ ਵਾਲੀ ਗੱਲ ਹੀ ਹੈ। ਜੀ ਬਿਲਕੁਲ ਸਰ, ਸਿੱਖਿਆ ਵਿਭਾਗ ਦੇ ਵੱਲੋਂ ਅਧਿਆਪਕਾਂ ਨੂੰ ਵੱਧ ਤੋਂ ਵੱਧ ਫੇਸਬੁੱਕ ਲਾਈਕ ਕਰਨ ਦੇ ਹੁਕਮ ਦਿੱਤੇ ਗਏ ਨੇ ਜੀ। ਹਾਂ ਬਿਲਕੁਲ ਜੀ, ਦੇਖੋ ਇਸ ਵਕਤ ਤਾਂ ਦੁਨੀਆ ਜਿਹੜੀ ਉਹ ਲਾਈਕ ਕਮੈਂਟ ਸ਼ੇਅਰ ਦੇ ਉੱਤੇ ਖੜੀ ਹੈ, ਵਿਊ ਦੇ ਉੱਤੇ ਖੜੀ ਹੋਈ ਹੈ, ਤਾਂ ਸਾਡਾ ਪੰਜਾਬ ਦਾ ਸਿੱਖਿਆ ਵਿਭਾਗ ਵੀ ਕਿਵੇਂ ਪਿੱਛੇ ਰਹਿ ਜੇ। ਪੰਜਾਬ ਦੇ ਸਿੱਖਿਆ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜੀ ਕਿ ਅਸੀਂ ਵੀ ਇਸ ਕੰਮ ਦੇ ਵਿੱਚ ਯੋਗਦਾਨ ਪਾਉਂਦੇ ਹਾਂ। ਇਸ ਤੋਂ ਪਹਿਲਾਂ ਹੀ ਪੜਾਅ ਦਾ ਕੰਮ ਜਿਹੜਾ ਉਹ ਖਤਮ ਹੋ ਗਿਆ, ਹੁਣ ਦੂਜਾ ਗੇੜ ਚੱਲ ਰਿਹਾ। ਪੰਜਾਬ ਦੇ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਪੰਜਾਬ ਦੇ ਜਨ ਜਨ ਤੱਕ, ਇਕੱਲੇ ਇਕੱਲੇ ਬੰਦੇ ਤੱਕ ਪਹੁੰਚਾਉਣ ਦਾ ਦੂਜਾ ਪੜਾਅ ਸ਼ੁਰੂ ਹੋਇਆ। ਪਹਿਲੇ ਪੜਾਅ ਦੇ ਵਿੱਚ ਡਿਸਲਾਈਕ ਬਹੁਤ ਮਿਲੇ, ਲਾਈਕ ਦੇ ਨਾਲੋਂ ਵੱਧ ਡਿਸਲਾਈਕ ਮਿਲੇ, ਜੋ ਸੋਸ਼ਲ ਮੀਡੀਆ ਦੇ ਉੱਤੇ ਕੈਪਟਨ ਨੇ, ਸਿੱਖਿਆ ਸਕੱਤਰ ਨੇ, ਸਿੱਖਿਆ ਮੰਤਰੀ ਨੇ ਆਪਣੇ ਵਿਚਾਰ ਪੇਸ਼ ਕੀਤੇ, ਅਸੀਂ ਅੱਵਲ ਕਿਵੇਂ ਆਏ ਹਾਂ। ਸੋ ਹੁਣ ਦੂਜੇ ਪੜਾਅ ਦੇ ਵਿੱਚ ਜੋ ਪਤਾ ਲੱਗਾ ਜੀ ਕਿ ਬਠਿੰਡੇ ਦੇ ਸਿੱਖਿਆ ਵਿਭਾਗ ਦੇ ਵੱਲੋਂ ਸਾਰੇ ਹੀ ਅਧਿਆਪਕਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਇੱਕ ਤਾਂ ਵੱਖ ਵੱਖ ਜਨਤਕ ਥਾਵਾਂ ਦੇ ਉੱਤੇ ਜਾਣਾ, ਉਹ ਪਾਰਕ ਵੀ ਹੋ ਸਕਦੇ ਆ, ਉਹ ਕੋਈ ਧਾਰਮਿਕ ਥਾਂ ਵੀ ਹੋ ਸਕਦੀ ਹੈ, ਉਹ ਗਰਾਊਂਡ ਵੀ ਹੋ ਸਕਦੇ ਆ, ਉੱਥੇ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਨਾ ਕਿ ਵੱਧ ਤੋਂ ਵੱਧ ਸਿੱਖਿਆ ਵਿਭਾਗ ਦੇ ਪੇਜ ਨੂੰ ਲਾਈਕ ਕਰੋ। ਇਹ ਲਾਈਕ ਕਰਨਾ ਬੜਾ ਜ਼ਰੂਰੀ ਹੈ। ਉਹ ਕਹਿੰਦੇ ਹੁਣ ਗੱਲ ਇਹ ਵੀ ਜਿਹੜੇ ਇਸ ਵਕਤ ਅਧਿਆਪਕਾਂ ਨੇ ਜਿੱਥੇ ਬੰਨੀਆਂ, ਉਹਨਾਂ ਨੇ ਕਿਹਾ ਜੀ ਅਧਿਆਪਕ ਆ ਇਹ ਕੋਈ ਸੇਲਸਮੈਨ ਥੋੜ੍ਹੀ ਆ, ਇਹ ਕੋਈ ਮਾਰਕੀਟਿੰਗ ਕਰਨ ਵਾਲੇ ਥੋੜ੍ਹੀ ਆ ਵੀ ਸਾਡਾ ਸਮਾਨ ਸਾਡਾ ਸੌਦਾ ਐਵੇਂ ਵਿਕੂਗਾ ਐਵੇਂ ਨਹੀਂ। ਪਰ ਪੰਜਾਬ ਦੀ ਸਰਕਾਰ ਵੀ ਉਵੇਂ ਡਰੀ ਹੋਈ ਹੈ ਡਿਸਲਾਈਕਾਂ ਤੋਂ, ਜਿਸ ਤਰੀਕੇ ਦੇ ਨਾਲ ਮੋਦੀ ਸਰਕਾਰ ਤਰਫ ਵੀ ਸੀ। ਉਹਨਾਂ ਨੇ ਤਾਂ ਚਲੋ ਵਿਚਾਲੇ ਕੋਈ ਡਿਸਲਾਈਕ ਵਾਲਾ ਬਟਨ ਹੀ ਚੱਕਤਾ ਸੀ, ਇਹਨਾਂ ਨੂੰ ਸ਼ਾਇਦ ਚੱਕਣਾ ਨਹੀਂ ਆਉਂਦਾ ਗਾ ਜਾਂ ਚੱਕ ਦੇਣਗੇ ਵੀ ਆਉਂਦੇ ਸਮੇਂ ਦੇ ਵਿੱਚ। ਪਰ ਇਸ ਵਕਤ ਸੂਬੇ ਦੀ ਸਰਕਾਰ ਹੈ ਜਿਹੜੀ, ਉਹ ਸੋਸ਼ਲ ਮੀਡੀਆ ਦੇ ਉੱਤੇ ਸਿੱਖਿਆ ਦਾ ਵਿਕਾਸ ਦਰਸਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ। ਜੀ ਸਰ, ਜਿਵੇਂ ਜਿਵੇਂ ਥੋੜੀ ਜਿਹੀ ਖੁੱਲ ਮਿਲੀ ਹੈ ਪੰਜਾਬ ਦੇ ਵਿੱਚ, ਤਿਵੇਂ ਤਿਵੇਂ ਲੋਕ ਭੁੱਲ ਗਏ ਕਿ ਸ਼ਾਇਦ ਕਰੋਨਾ ਹਾਲੇ ਵੀ ਹੈਗਾ, ਔਰ ਇਹ ਮਤਲਬ ਖੁੱਲ ਮਿਲਣ ਦੀ ਦੇਰ ਸੀ ਕਿ ਹਿਮਾਚਲ ਦੇ ਵਿੱਚ ਸੈਰ ਸਪਾਟੇ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ ਜੀ। ਹਾਂ ਬਿਲਕੁਲ ਜੀ, ਹਿਮਾਚਲ ਪ੍ਰਦੇਸ਼ ਦੇ ਵਿੱਚ ਵੀਕਐਂਡ ਦੇ ਉੱਤੇ ਪਤਾ ਲੱਗਾ ਜੀ 70% ਤੋਂ ਲੈ ਕੇ 90% ਹੋਟਲ ਬੁਕਿੰਗ ਹੋ ਰਹੀ ਹੈ, ਬਾਕੀ ਦਿਨਾਂ ਦੇ ਵਿੱਚ ਵੀਕ ਡੇ ਦੇ ਵਿੱਚ 40% ਤੋਂ ਲੈ ਕੇ 50% ਹੋਟਲ ਬੁਕਿੰਗ ਹੋ ਰਹੀ ਹੈ। ਤੇ ਜਿਹੜੇ ਇਹ ਲੰਮੇ ਸਮੇਂ ਬਾਅਦ ਸਾਲ ਡੇਢ ਸਾਲ ਬਾਅਦ ਅਚਾਨਕ ਉੱਥੇ ਹੁਣ ਲੋਕਾਂ ਨੇ ਪਹੁੰਚਣਾ ਸ਼ੁਰੂ ਕੀਤਾ, ਉਹਦਾ ਕਾਰਨ ਇਹ ਹੈ ਵੀ ਹੁਣ ਈ ਪਾਸ ਜਾਂ ਕੋਈ ਵੀ, ਪਹਿਲਾਂ ਆਪਾਂ ਕਹਿੰਦੇ ਸੀਗੇ ਵੀ ਆਹ ਹੋਵੇ ਤੁਹਾਡੇ ਕੋਲੇ ਪਹਿਲਾਂ ਡੋਜ਼ ਲਵਾਈ ਵਾਲੇ ਸਰਟੀਫਿਕੇਟ ਹੋਣ, ਉਹ ਹੋਵੇ ਆਹ ਹੋਵੇ, ਹੁਣ ਏਦਾਂ ਦੀਆਂ ਗੱਲਾਂ ਖਤਮ ਹੋ ਗਈਆਂ, ਸ਼ਰਤਾਂ ਸਾਰੀਆਂ ਹਿਮਾਚਲ ਦੀ ਸਰਕਾਰ ਨੇ ਹਟਾ ਦਿੱਤੀਆਂ। ਇਸੇ ਕਰਕੇ ਹੋਟਲ ਉਦਯੋਗ ਜਿਹੜਾ ਕਿ ਡਾਵਾਂਡੋਲ ਹੋ ਗਿਆ ਸੀ, ਉੱਥੇ ਇੱਕ ਵਾਰ ਫਿਰ ਖੁਸ਼ੀ ਦਾ ਖੇੜਾ ਆਇਆ ਉਹਨਾਂ ਲੋਕਾਂ ਦੇ ਵਿੱਚ।
ਦੂਜੀ ਗੱਲ ਇਹ ਸੀ ਕਿ ਸਾਡੇ ਪੰਜਾਬ ਦੇ ਲੋਕ, ਹਰਿਆਣਾ, ਹਿਮਾਚਲ, ਦਿੱਲੀ ਆਲੇ ਦੁਆਲੇ ਦੇ ਹੋਰ ਖੇਤਰਾਂ ਦੇ ਲੋਕ ਹਰ ਸਾਲ ਹਿਮਾਚਲ ਦੇ ਵਿੱਚ ਉੱਡ ਉੱਡ ਕੇ ਜਾਂਦੇ ਆ, ਮਨਾਲੀ ਵੱਲ ਜਾਂਦੇ ਆ, ਲਾਹੌਲ ਵੱਲ ਜਾਂਦੇ ਆ, ਡਲਹੌਜ਼ੀ ਜਾਂਦੇ, ਸ਼ਿਮਲੇ ਜਾਂਦੇ ਆ, ਹੋਰ ਵੱਖ ਵੱਖ ਥਾਵਾਂ 'ਤੇ ਜਾਂਦੇ ਆ, ਇੱਕਦਮ ਫਿਰ ਜਾਣੇ ਸ਼ੁਰੂ ਹੋਏ ਆ। ਚਲੋ ਲੋਕਾਂ ਦਾ ਮਨ ਹੁੰਦਾ ਵੀ ਅਸੀਂ ਘੁੰਮ ਫਿਰ ਕੇ ਆ ਗਏ, ਲੋਕ ਜਾ ਰਹੇ ਆ, ਲੋਕਾਂ ਦੀ ਇੱਛਾ ਲੋਕਾਂ ਨੂੰ ਆਪਦੀ ਪੂਰੀ ਕਰਨੀ ਚਾਹੀਦੀ ਆ। ਪਰ ਗੱਲ ਇਹ ਵੀ ਇਸ ਵਕਤ ਸਾਨੂੰ ਹਦਾਇਤਾਂ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹਾਲੇ ਵੀ, ਕਿਉਂਕਿ ਲੰਘੇ ਕੱਲ ਵੀ ਭਾਰਤ ਵਿੱਚ 44,000 ਦੇ ਕਰੀਬ ਨਵੇਂ ਕੋਰੋਨਾ ਕੇਸ ਆਏ। ਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ, ਆਪਾਂ ਕੱਲ ਨੂੰ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਜੀ। ਮਿਹਰਬਾਨੀ। ਕੀ ਗੱਲ ਰਿਤੂ, ਹਲੇ ਪਿਛਲੇ ਹਫਤੇ ਤਾਂ ਗ੍ਰੋਸਰੀ ਲੈ ਕੇ ਆਈ ਸੀ, ਅੱਜ ਫੇਰ ਲੈਣ ਚੱਲੀ ਹੈ। ਉਹ ਕੀ ਦੱਸਾਂ, ਆਪਣਿਆਂ ਦਾ ਸਟੋਰ ਦੇ ਵਿੱਚ ਹੈ ਹੀ ਨਾ ਆਪਣਾਪਨ, ਬਾਰ ਬਾਰ ਜਾਣ ਨੂੰ ਜੀ ਕਰਦਾ। ਆਪਣਿਆਂ ਦਾ ਸਟੋਰ? ਜੀ ਹਾਂ, ਆਪਣਿਆਂ ਦਾ ਸਟੋਰ ਇੰਡੋ ਸਪਾਈਸ ਵਰਲਡ। ਵਧੀਆ ਕਿਸਮ ਦੀ ਇੰਡੀਅਨ ਗ੍ਰੋਸਰੀ ਲੈਣੀ ਹੋਵੇ ਜਾਂ ਫਿਰ ਤਾਜ਼ੀਆਂ ਸਬਜ਼ੀਆਂ, ਉਹ ਵੀ ਕਿਫਾਇਤੀ ਦਾਮਾਂ 'ਚ, ਉਹ ਵੀ ਤੁਹਾਡੇ ਆਪਣੇ ਬਜਟ ਦੇ ਵਿੱਚ, ਤਾਂ ਇੱਕ ਨਾਮ ਯਾਦ ਰੱਖੋ, ਇੰਡੋ ਸਪਾਈਸ ਵਰਲਡ। ਇੰਡੋ ਸਪਾਈਸ ਵਰਲਡ, ਇੱਥੇ ਮਨੀਗ੍ਰਾਮ ਦੀਆਂ ਸੇਵਾਵਾਂ ਵੀ ਉਪਲਬਧ ਨੇ। ਇੰਡੋ ਸਪਾਈਸ ਵਰਲਡ, 12 ਪੂਈ ਨੂਈ ਰੋਡ, ਪਾਪਾ ਟੋਏ ਟੋਏ। ਕਾਲ ਪਾਪਾ ਟੋਏ ਟੋਏ 09277-6007। ਮੈਨੂਰੇਵਾ 09269-5541। ਟੋਰੰਗਾ 07571-1937।